ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਵੱਲੋਂ ਨਕਲੀ ਤੇ ਅਖੌਤੀ ਆਜ਼ਾਦੀ ਕਰਾਰ ਦੇਸ਼ ਭਰ ਦੇ ਵਿੱਚ ਕੱਢੇ ਮਾਰਚ ਦੋਸਤੋ ਜੇਕਰ ਤੁਸੀਂ ਕਿਸਾਨਾਂ ਦੀ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖ ਦਿਓ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਆਜ਼ਾਦੀ ਦਿਵਸ ਮਨਾ ਰਹੀਆਂ ਹਨ ਪਰ ਇਹ ਨਕਲੀ ਆਜ਼ਾਦੀ ਆ ਅਖੌਤੀ ਆਜ਼ਾਦੀ ਆ ਕਿਉਂਕਿ ਅੰਗਰੇਜ਼ ਸਾਮਰਾਜ ਵੱਲੋਂ ਦੇਸ਼ ਦੀਆਂ ਕੁਝ ਅਖੌਤੀ ਪਾਰਟੀਆਂ ਦੇ ਨਾਲ ਸਮਝੌਤੇ ਕੀਤੇ ਗਏ ਸਨ ਭਾਰਤ ਦੀ ਲੁੱਟ ਨੂੰ ਜਾਰੀ ਰੱਖਣ ਲਈ ਇਹ ਗੁਪਤ ਸਮਝੌਤੇ ਕੀਤੇ ਗਏ ਸਨ ਇਸੇ ਤਰ੍ਹਾਂ ਖਰੀ ਆਜ਼ਾਦੀ ਦੀ ਬਰਾਬਰੀ ਲਈ ਲੜਾਈ ਲੜ ਰਹੇ ਲੋਕਾਂ ਦੇ ਨਾਲ ਬਹੁਤ ਵੱਡਾ ਤੁਖ ਹੈ ਉਹਨਾਂ ਨੇ ਕਿਹਾ ਅੰਗਰੇਜ਼ ਹਾਕਮਾਂ ਵੱਲੋਂ ਬਣਾਏ ਕਾਨੂੰਨਾਂ ਤੇ ਲੋਕ ਵਿਰੋਧੀ ਨੀਤੀਆਂ ਦੇ ਨਵੇਂ ਸੋਧੇ ਹੋਏ ਸਵਿਧਾਨ ਰਾਹੀਂ ਜਿਉਂ ਦਾ ਤਿਉਂ ਕਾਇਮ ਰੱਖਿਆ ਹੋਇਆ ਉਹਨਾਂ ਨੇ ਕਿਹਾ ਸਾਡਾ ਮੁਲਕ ਪਾਵੇਂ ਆਜ਼ਾਦ ਹੈ ਪਰ ਭਾਰਤ ਦੇ ਲੋਕ ਗੁਲਾਮ ਨੇ ਕਿਸਾਨਾਂ ਗੁਣ ਕੇ ਅੰਗਰੇਜ਼ ਸਾਮਰਾਜ ਨੇ 1947 ਵਿੱਚ ਫਿਰਕੂ ਪੱਤਾ ਖੇਡਦਿਆਂ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਵੱਡੀ ਪੱਦਰ ਤੇ ਕਤਲੇਆਮ ਕਰਕੇ ਉਜਾੜਾ ਕਰਕੇ ਬਹੁਤ ਵੱਡਾ ਨੁਕਸਾਨ ਕੀਤਾ। ਸੁਤੰਤਰਤਾ ਦਿਵਸ ਤੇ ਸਾਡਾ ਸੰਕਲਪ ਛੋਟੇ ਕਿਸਾਨ ਬਣੇ ਦੇਸ਼ ਦਾ ਮਾਣ ਪੀ ਹੈ ਮੋਦੀ। ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ 80% ਤੋਂ ਵੱਧ ਕਿਸਾਨ ਜਿਨ੍ਹਾਂ ਕੋਲੇ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ ਦੇਸ਼ ਵਿੱਚ ਪਹਿਲਾਂ ਬਣੀਆਂ ਨੀਤੀਆਂ ਦੇ ਵਿੱਚ ਇਹਨਾਂ ਛੋਟੇ ਕਿਸਾਨਾਂ ਦਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਹੁਣ ਇਹਨਾਂ ਕਿਸਾਨਾਂ ਵੱਲ ਧਿਆਨ ਰੱਖਦੇ ਆ ਫੈਸਲੇ ਲਏ ਜਾ ਰਹੇ ਹਨ ਪ੍ਰਧਾਨ ਮੰਤਰੀ ਨਮੋਦੀ ਨੇ ਕਿਹਾ ਕਿ ਸਾਡਾ ਇਰਾਦਾ ਹੈ ਕਿ ਛੋਟਾ ਕਿਸਾਨ ਦੇਸ਼ ਦਾ ਮਾਣ ਬਣੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ 8 ਕਰੋੜ ਔਰਤਾਂ ਲਈ ਇੱਕ ਪਲੇਟਫਾਰਮ ਬਣਾਉਣ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਸਵੈ ਇੱਛਕ ਸੰਸਥਾਵਾਂ ਨਾਲ ਜੁੜੀਆਂ ਔਰਤਾਂ ਇੱਕ ਤੋਂ ਵੱਧ ਉਤਪਾਦ ਬਣਾਉਂਦੀਆਂ ਹਨ ਪਰ ਇਹ ਉਤਪਾਦ ਸਿਰਫ ਪਿੰਡਾਂ ਦੇ ਤੱਕ ਹੀ ਸੀਮਤ ਹਨ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ ਨੂੰ ਖੁੱਲੀ ਚੇਤਾਵਨੀ ਜੇ ਬੁਰੀ ਨਜ਼ਰ ਰੱਖੀ ਤਾਂ ਸਿਖਾਵਾਂਗੇ ਸਬਕ ਭਾਰਤ ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਵਸ ਦੀ 75ਵੀਂ ਬਾਰੇ ਗੰਢ ਦੇ ਮੌਕੇ ਸ੍ਰੀ ਅਮਰਤਸਰ ਸਾਹਿਬ ਵਿਖੇ ਤਿਰੰਗਾ ਲਹਿਰਾ ਕੇ ਦੇਸ਼ ਦੇ ਸ਼ਹੀਦਾਂ ਨੂੰ ਸਲਾਮ ਕੀਤੀ ਖਾਸ ਮੌਕੇ ਤੇ ਕੈਪਟਨ ਨੇ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਖੁੱਲੀ ਚੇਤਾਵਨੀ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅਸੀਂ ਆਪਣੀ ਧਰਤੀ ਤੇ ਕਿਸੇ ਤਰ੍ਹਾਂ ਦੇ ਹਮਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੇਕਰ ਉਹ ਹਿੰਮਤ ਕਰਨ ਤਾਂ ਕੋਸ਼ਿਸ਼ ਕਰਦੇ ਹਨ ਤਾਂ ਅਸੀਂ ਉਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਦੇਵਾਂਗੇ ਜੀਵਨ ਦਾ ਸਬਕ ਸਿਖਾ ਦੇਵਾਂਗੇ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਉਣ ਤੋਂ ਬਾਅਦ ਆਪਣੇ ਪਾਸ਼ਣ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਵਿੱਚ ਗੈਂਗਸਟਰ ਅਤੇ ਅੱਤਵਾਦੀ ਮਾਡਿਊਲ ਨੂੰ ਪੂਰੀ ਤਰ੍ਹਾਂ ਨਾਕਾਰਾ ਕਰ ਦਿੱਤਾ। ਉਹਨਾਂ ਨੇ ਕਿਹਾ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਈ ਤਾਂ 3565 ਗੈਂਗਸਟਰ ਜੇਲ੍ਹਾਂ ਦੇ ਵਿੱਚ ਸਨ ਵਿਦੇਸ਼ਾਂ ਦੀ ਧਿਰਤੀ ਤੇ ਬੈਠੇ ਗੈਂਗਸਟਰਾਂ ਨੂੰ ਵੀ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ। ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਸੀਐਮ ਨੇ ਕੀਤਾ ਅਹਿਮ ਐਲਾਨ ਹਰ ਪੰਜਾਬੀ 5 ਲੱਖ ਰੁਪਏ ਤੱਕ ਦਾ ਕਰਵਾ ਸਕੇਗਾ ਮੁਫਤਲਾਜ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਆਜ਼ਾਦੀ ਦੇਹਾੜੇ ਤੇ ਅੱਜ ਰਾਜ ਪਦਰੀ ਸਮਾਗਮ ਦੇ ਦੌਰਾਨ ਇੱਕ ਹੋਰ ਅਹਿਮ ਐਲਾਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਦੀਆਂ ਲਿੰਕ ਸੜਕਾਂ ਤੇ ਫਿਰਨੀਆਂ ਨੂੰ ਪੱਕਾ ਕੀਤਾ ਜਾਵੇਗਾ 1200 ਕਰੋੜ ਰੁਪਏ ਖਰਚ ਕੀਤੇ ਜਾਣਗੇ ਸਿਹਤ ਬੀਮਾ ਯੋਜਨਾ ਦੇ ਤਹਿਤ ਹੁਣ 100% ਦੀ ਪੰਜਾਬੀਆਂ ਦੇ ਲਈ ਹੋਵੇਗੀ ਉਹਨਾਂ ਨੇ ਕਿਹਾ ਕਿਸ ਨਾਲ ਹਰ ਪੰਜਾਬੀ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕੇਗਾ ਉਹਨਾਂ ਨੇ ਕਿਹਾ ਸਰਕਾਰੀ ਹਸਪਤਾਲਾਂ ਵਿੱਚ ਐਕਸ-ਰੇ ਡਾਇਲਿਸਿਸ ਆਦ ਦੇ ਟੈਸਟ ਮੁਫਤ ਹੋਣਗੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ 58ਵੀਂ ਸੋਧ ਨੂੰ ਲਾਗੂ ਕੀਤਾ ਜਾਵੇਗਾ ਲਾਗੂ ਅਤੇ ਮੱਧ ਉਦਯੋਗਾਂ ਲਈ ਸਰਕਾਰ ਜਲਦੀ ਹੀ 1150 ਰੀ ਫਾਰਮਰਜ਼ ਲਿਹਾਰੀ ਜਾਂ ਖੇਤੀ ਐਕਟ ਲਿਆਂਦਾ ਜਾਵੇਗਾ ਦਲਤਾਂ ਦੀ ਆਬਾਦੀ ਦੀ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਬਜਟ ਵਿੱਚ ਉਹਨਾਂ ਦੀਆਂ ਭਲਾਈ ਦੀਆਂ ਯੋਜਨਾਵਾਂ ਦਾ ਹਿੱਸਾ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਅੰਮ੍ਰਿਤਸਰ ਚੂ ਸ਼ਹੀਦ ਮਦਨ ਲਾਲ ਢੀਂਗਰਾ ਤਾਂ ਮੈਮੋਰੀਅਲ ਵੀ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ 10 ਸਾਲਾਂ ਤੋਂ ਕੰਮ ਕਰ ਰਹੀਆਂ ਸਾਰੀਆਂ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਆਂਗਣਵਾੜੀ ਵਰਕਰਾਂ ਮਿੰਨੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਹੀਨੇਵਾਰ ਮਾਣ ਪੱਤਾ 600 500 300 ਰੁਪਏ ਵਾਅਦਾ ਕਰਨਾ ਸ਼ਾਮਲ ਹੈ ਉਹ ਹੋਰ ਵੀ ਉਹਨਾਂ ਨੇ ਬਹੁਤ ਵੱਡੇ ਵੱਡੇ ਐਲਾਨ ਕੀਤੇ ਜਿਹੜੇ ਅਸੀਂ ਛੋਟੀ ਵੀਡੀਓ ਵਿੱਚ ਪਾ ਕੇ ਚੈਨਲ ਤੇ ਪਾਏ ਆ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਜਰੂਰ ਨਾ ਪਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਦੋਸਤੋ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਬਿੱਲ ਨਾ ਭਰਨ ਤੇ ਬਿਜਲੀ ਕਨੈਕਸ਼ਨ ਕੱਟਣ ਗਏ ਵਿਭਾਗ ਦੇ ਮੁਲਾਜ਼ਮਾ ਨੂੰ ਬੇਰਹਿਮੀ ਨਾਲ ਕੁੱਟਿਆ ਪ੍ਰਤਾਪ ਸਿੰਘ ਵਾਲਾ ਇਲਾਕੇ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਕੱਟਣ ਗਏ ਵਿਭਾਗ ਦੇ ਮੁਲਾਜ਼ਮਾ ਉੱਪਰ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਗਿਆ ਇਹ ਮਾਮਲਾ ਖਾਣਾ ਪੀਏ ਯੂ ਦੀ ਪੁਲਿਸ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਅਗਨਗਰ ਜੁੰਟ ਨੰਬਰ 3 ਪੰਜਾਬ ਰਾਜ ਕਾਰਪੋਰੇਸ਼ਨ ਪਾਵਰ ਲਿਮਟਿਡ ਰਵਿੰਦਰਪਾਲ ਦੇ ਬਿਆਨਾਂ ਤੇ ਉੱਪਰ ਪਿੰਡ ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ ਜੋਛੀ ਕੰਡਾ ਤੇ ਲਖਵੀਰ ਕੰਡਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਸਖਸ਼ ਨੇ ਹੱਥ ਵਿੱਚ ਫਟਿਆ ਨਵਾਂ Samsung Galaxy ਮੋਬਾਈਲ ਸਾਰਾ ਘੜ ਸੜ ਕੇ ਸੁਵਾਸੋ ਗਲਾਸੋਗੋਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਨਵਾਂ ਮੋਬਾਈਲ ਖਰੀਦਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਸ ਦਾ ਘਰ ਹੀ ਉੱਜੜ ਜਾਵੇਗਾ ਇਸ ਮੋਬਾਈਲ ਕਰਕੇ ਸੜ ਕੇ ਸੁਆਹ ਹੋ ਜਾਵੇਗਾ ਗਲਾਸੋਗੋਦੇ ਰਹਿਣ ਵਾਲੇ ਐਂਡਰਿਊ ਗਰੇਜ਼ਰ ਨੇ 3 ਹਫ਼ਤੇ ਪਹਿਲਾਂ Samsung Galaxy A20 ਲਿਆ ਸੀਗਾ ਤੇ ਐਡਰੀਓ ਨੇ ਇਹ ਮੋਬਾਈਲ ਸ਼ਹਿਰ ਦੇ ਇੰਟਰਨੈਸ਼ਨਲ ਫੋਨ ਸੈਂਟਰ ਤੋਂ ਲਿਆ ਡੇਲੀ ਰਿਕਾਰਡਜ਼ ਦੀ ਰਿਪੋਰਟ ਦੇ ਅਨੁਸਾਰ ਨਵਾਂ ਫਰੂਟ ਕਿੰਦਨ ਤੋਂ ਬਾਅਦ ਉਸ ਦਾ ਮੋਬਾਈਲ ਗਰਮ ਹੋਣ ਲੱਗਾ ਉਸ ਨੂੰ ਵੀ ਨਹੀਂ ਸੀ ਕਿ ਇਹ ਫਟ ਜਾਵੇਗਾ ਨਵਜੋਤ ਸਿੱਧੂ ਨੇ ਕਾਂਗਰਸ ਭਵਨ ਵਿਖੇ ਆਜ਼ਾਦੀ ਦਿਹਾੜੇ ਮੌਕੇ ਯੂਥ ਕਾਂਗਰਸੀ ਵਰਕਰਾਂ ਨੂੰ ਕੀਤਾ ਸੰਬੋਧਨ ਕੀਤਾ ਵੱਡਾ ਲਾਨ ਸੁਤੰਤਰਤਾ ਦਿਵਸ ਸਮਾਗਮ ਦੇ ਦੌਰਾਨ ਯੂਥ ਕਾਂਗਰਸ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਇਤਿਹਾਸਿਕ ਸਮਾਗਮ ਵਿੱਚ ਮਹਿਕ ਮਹੱਤਵਪੂਰਨ ਸੰਦੇਸ਼ ਲੈ ਕੇ ਆਏ ਆਂ ਇਹ ਪੰਡਤਾਂ ਜਵਾਹਰ ਲਾਲ ਮਹਾਤਮਾ ਗਾਂਧੀ ਸਤਾਰਵਲਭ ਭਾਈ ਪਟੇਲ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨੇਤਾਵਾਂ ਦੇ ਕਰਨ ਆਏ ਸੀ ਅਸੀਂ ਅੱਤੇ ਤਿਰੰਗਾ ਲਹਿਰਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਪ੍ਰਾਪਤ ਕਰਨ ਵਿੱਚ ਸਭ ਨੇ ਬਹੁਤ ਸਹਾਇਤਾ ਕੀਤੀ ਆ ਨਵਜੋਤ ਸਿੱਧੂ ਨੇ ਸੁਤੰਤਰਤਾ ਸਾਲਾਨੀਆਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਉਹਨਾਂ ਨੇ ਕਿਹਾ ਸਾਸ ਸਿਆਸਤ ਪੁਰਾਣੇ ਸਮਿਆਂ ਤੋਂ ਬਦਲ ਗਈ ਆ ਜਿਸ ਵਿੱਚ ਨੈਤਿਕਤਾ ਸੀ ਪਰ ਅੱਜਕੱਲ ਸਿਆਸਤਦਾਨ ਸੱਤਾ ਪੈਸੇ ਅਤੇ ਕਾਰੋਬਾਰ ਦੇ ਪਿੱਛੇ ਭੱਜ ਰਹੇ ਹਨ ਉਹਨਾਂ ਨੇ ਕਿਹਾ ਕਿ ਉਹ ਸਿਸਟਮ ਨੂੰ ਬਦਲਣਾ ਤੇ ਵਰਕਰਾਂ ਤੇ ਨੌਜਵਾਨਾਂ ਦੀ ਮਿਹਨਤ ਦੀ ਕਦਰ ਕਰਨਾ ਤੇ ਉਹਨਾਂ ਨੂੰ ਟਿਕਟਾ ਦੇਣ ਲਈ ਆਏ ਹਨ ਕਨੇਡਾ ਦੇ ਵਿੱਚ 83 ਕਿਲੋ ਕੋਕੀਨਸਾਂ ਨੇ ਪੰਜਾਬੀ ਟਰੱਕ ਡਰਾਈਵਰ ਗ੍ਰਫਤਾਰ ਕਨੇਡਾ ਦੇ ਬ੍ਰੈਪੰਟਨ ਵਿੱਚ ਪੰਜਾਬੀ ਟਰੱਕ ਡਰਾਈਵਰ ਗੁਰਦੀਪ ਮੰਗੜ ਨੂੰ 83 ਕਿਲੋ ਕੋਕੀਨਸਾਂ ਨੇ ਗ੍ਰਫਤਾਰ ਕੀਤਾ ਗਿਆ ਹੈ। ਕਰੋਨਾ ਦੀ ਤੀਜੀ ਲਹਿਰ ਦਾ ਖਤਰਾ ਪੰਜਾਬ ਦੇ ਵਿੱਚ ਮੋੜ ਸਖਤ ਈ ਨਵੇਂ ਦਿਸ਼ਾ ਨਿਰਦੇਸ਼ ਲਾਗੂ। ਕਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਦੇਖਦਿਆਂ ਪੰਜਾਬ ਦੇ ਵਿੱਚ ਵੱਡੀ ਤੇ ਸਖਤ ਪਾਬੰਦੀਆਂ ਤੇ ਸਖਤੀਆਂ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ ਕੱਲ ਸੋਮਵਾਰ ਤੋਂ ਲਾਗੂ ਹੋ ਜਾਣਗੇ ਇਹਨਾਂ ਨਿਯਮਾਂ ਮੁਤਾਬਕ ਸੋਮਵਾਰ ਤੋਂ ਸੂਬੇ ਦੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਮੁਕੰਮਲ ਕੋਵਿਡ ਟੀਕਾ ਕਰਨ ਦਾ ਸਰਟੀਫਿਕੇਟ ਜਾਂ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੈ ਕੈਪਟਨ ਨੇ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ ਹਿਮਾਚਲ ਪ੍ਰਦੇਸ਼ ਜੰਮੂ ਤੋਂ ਆਉਣ ਵਾਲੇ ਲੋਕਾਂ ਦੀ ਨਿਗਰਾਨੀ ਦੀ ਜ਼ਰੂਰਤ ਹੈ ਕਿਉਂਕਿ ਪਹਾੜੀ ਸੂਬੇ ਵਿੱਚ ਪਿਛਲੇ ਦਿਨਾਂ ਤੋਂ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇੱਕਦਮ ਵਾਧਾ ਹੋਇਆ ਹੈ ਕੈਪਟਨ ਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਵਿੱਚ ਪਿਛਲੇ ਹਫਤੇ ਦੌਰਾਨ ਪੋਜ਼ਿਟਿਵਿਟੀ ਦਰ 0.2 ਫੀਸਦੀ ਤੱਕ ਦਾ ਮਾਮੂਲੀ ਵਾਧੇ ਤੇ ਵੀ ਚਿੰਤਾ ਪ੍ਰਗਟਾਈ ਸੀ। ਰਾਜਵੀਰ ਜਵੰਦਾ ਨੇ ਪਿਤਾ ਨੂੰ ਦਿੱਤੀ ਅੰਤਮ ਵਿਦਾਇਗੀ ਜੁਗਰਾਉਂ ਦੇ ਪਿੰਡ ਪੋਨਾ ਪਿੰਡ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਿਤਾ ਸੇਵਾਮੁਕਤ ਪੁਲਿਸ ਇੰਸਪੈਕਟਰ ਕਰਮ ਸਿੰਘ ਜਵੰਦਾ ਦਾ ਬੀਤੀ ਰਾਤ ਬਿਮਾਰੀ ਦੇ ਕਾਰਨ ਦਿਹਾਂਤ ਹੋ ਗਿਆ ਰਾਤ ਨੂੰ ਜਿਵੇਂ ਹੀ ਉਹਨਾਂ ਕਿਸਾਨੀ ਤਰਨੇ ਦੇ ਕੋਲੇ ਇਹ ਖਬਰ ਪਹੁੰਚੀ ਤਾਂ ਤੁਰੰਤ ਪਿੰਡ ਲਈ ਰਵਾਨਾ ਹੋ ਗਏ ਜਵੰਦਾ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਕਿਸਾਨੀ ਤਰਨੇ ਵਿੱਚ ਜੋਸ਼ ਭਰ ਰਹੇ ਸਨ ਤੇ ਉਸੇ ਸਮੇਂ ਹੀ ਉਹਨਾਂ ਨੂੰ ਪਿਤਾ ਦੀ ਮੌਤ ਦੀ ਖਬਰ ਮਿਲੀ ਆਜ਼ਾਦੀ ਦਿਹਾੜੇ ਤੇ ਸਿੰਘੂ ਬਾਰਡਰ ਤੋਂ ਆਈ ਵੱਡੀ ਖਬਰ ਕਿਸਾਨਾਂ ਨੇ ਕੀਤਾ ਐਲਾਨ ਸੋਨੀਪੱਤ ਦੀ ਖੁੰਡਲੀ ਸਿੰਘੂ ਬਾਰਡਰ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਤਰਨੇ ਤੇ ਬੈਠੇ ਕਿਸਾਨਾਂ ਨੇ ਐਤਵਾਰ ਨੂੰ ਆਜ਼ਾਦੀ ਦਿਵਸ ਤੇ ਤਿਰੰਗਾ ਚੰਡਾ ਲਹਿਰਾਇਆ ਤੇ ਕਿਹਾ ਉਹਨਾਂ ਦੀ ਸਰਕਾਰ ਦੀਆਂ ਮੰਗਾਂ ਨਹੀਂ ਮੰਨੇਗੀ ਜਦ ਤੱਕ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ ਸਿੰਘੂ ਬਾਰਡਰ ਤੇ ਕਿਸਾਨਾਂ ਤੇ ਸਾਬਕਾ ਫੌਜੀ ਮੰਚ ਤੇ ਇਕੱਠੇ ਹੋਏ ਤਿਰੰਗਾ ਝੰਡਾ ਲਹਿਰਾਇਆ ਦੇਸ਼ ਭਗਤੀ ਦੇ ਨਾਅਰੇ ਵੀ ਲਾਏ ਤੇ ਮੌਕੇ ਤੇ ਮੌਜੂਦ ਸਾਬਕਾ ਸੂਬੇਦਾਰ ਜੈ ਪ੍ਰਕਾਸ਼ ਮਿਸ਼ਰਾ ਨੇ ਕਿਹਾ ਕਿ ਅਸੀਂ ਸਾਰੇ ਸਾਬਕਾ ਫੌਜੀਆ ਇਨਾਂ ਕਿਸਾਨਾਂ ਦੇ ਨਾਲ ਹਾਂ ਜੇ ਸਰਕਾਰ ਨੇ ਖੇਤੀ ਕਾਨੂੰਨ ਨਾ ਬਦਲੇ ਤੱਕ ਕਿਸਾਨਾਂ ਤੇ ਉਹਨਾਂ ਦੀ ਖੇਤੀ ਖਤਮ ਹੋ ਜਾਵੇਗੀ ਇਸ ਮੌਕੇ ਮੌਜੂਦ ਹੋਰ ਸਾਬਕਾ ਫੌਜੀਆਂ ਨੇ ਕਿਹਾ ਕਿ 26 ਜਨਵਰੀ ਦਾ ਤਿਹਾਰ ਵੀ ਕਿਸਾਨਾਂ ਨਾਲ ਮਨਾਇਆ ਸੀ ਤੇ ਹੁਣ 15 ਅਗਸਤ ਆਜ਼ਾਦੀ ਦਿਵਸ ਵੀ ਇੱਥੇ ਹੀ ਮਨਾਇਆ ਗਿਆ ਏ ਵਿੱਕੀ ਮਿੱਡੂ ਖੇੜਾ ਦੇ ਸ਼ਰਧਾਂਜਲੀ ਸਮਾਗਮ 'ਚ ਸੁਖਬੀਰ ਬਾਦਲ ਹਰ ਸਿਮਰਤ ਬਾਦਲ ਜਗਮੀਤ ਬਰਾੜ ਸਮੇਤ ਕਈ ਆਗੂ ਪਹੁੰਚੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਿੱਡੂ ਖੇੜਾ ਵਿੱਚ ਅੱਜ ਵਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਹਿਬ ਕਾਂਗਪਾਤੀ ਮੰਤਰੀ ਵੀਪਾ ਹਰਜਿਮਰਤ ਕੌਰ ਬਾਦਲ ਅਤੇ ਲੋਕ ਸਭਾ ਮੈਂਬਰ ਜਗਮੀਤ ਬਰਾੜ ਵਿਧਾਇਕ ਅਮਰਿੰਦਰ ਸਿੰਘ ਰਾਜਾਵੜਿੰਗ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਦ ਸਿੰਘ ਵੰਡੀ ਰਮਾਣਾ ਸਮੇਤ ਪੰਜਾਬ ਭਰ ਤੋਂ ਕਈ ਵਿਧਾਇਕ ਅਤੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਨੇਤਾ ਨੇ ਹਾਜ਼ਰ ਹੋ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਆਜ਼ਾਦੀ ਦਿਵਸ ਤੇ ਬੱਬੂ ਮਾਨ ਨੇ ਬਿਆਨ ਕੀਤਾ ਇੱਕ ਆਕਾਜੀ ਆਜ਼ਾਦੀ ਸੋ ਵੱਡੀ ਖਬਰ ਆ ਬੱਬੂ ਮਾਨ ਨੇ ਸੱਬ ਦੇ ਖੰਡ ਵਾਲੇ ਮਾਨ ਦੇ ਨਾਲ ਵੀ ਜਾਣਦੇ ਨੇ ਉਹ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਹਰ ਆਮ ਅਤੇ ਖਾਸ ਗੱਲ ਨੂੰ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰਦੇ ਰਹਿੰਦੇ ਨੇ ਉਹਨਾਂ ਨੇ 75ਵਾਂ ਆਜ਼ਾਦੀ ਦਿਵਸ ਮਨਾਰੇ ਹਨ ਇਸ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ ਪੱਟੀ ਵਿੱਚ 12 ਕਾਉਂਸਲਰ ਅਤੇ 4 ਵਾਰਡ ਇੰਚਾਰਜਾਂ ਵੱਲੋਂ ਬਗਾਵਤ ਵਿਧਾਇਕ ਗਿੱਲ ਲਈ ਖਤਰੇ ਦੀ ਘੰਟੀ ਆਜ਼ਾਦੀ ਦਿਵਸ ਦੇ ਮੌਕੇ ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਦਲਬੀਰ ਸੇਖੋ ਵੱਲੋਂ ਪ੍ਰਧਾਨ ਬੰਨਣ ਤੋਂ ਬਾਅਦ ਪਹਿਲੀ ਵਾਰ ਤਿਰੰਗਾ ਲਹਿਰਾਉਣ ਮੌਕੇ ਪੱਟੀ ਸ਼ਹਿਰ ਚ ਕਾਂਗਰਸ ਪਾਰਟੀ ਦੇ 15 ਕਾਉਂਸਲਰਾਂ ਵਿੱਚੋਂ 12 ਤੇ 4 ਵਾਰਡ ਇੰਚਾਰਜਾਂ ਦੇ ਵੱਲੋਂ ਬਗਾਵਤ ਕਰਦਿਆਂ ਨਗਰ ਕੌਂਸਲ ਦਫ਼ਤਰ ਵਿਖੇ ਜਾਣ ਤੋਂ ਕੰਨੀ ਕਤਰਾ ਕੇ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ ਪੰਜਾਬ ਦੇ ਵਿੱਚ 50ਵੀਂ ਸੋਧ ਲਾਗੂ ਕੀਤੀ ਜਾਵੇਗੀ ਸੀਐਮ ਕੈਪਟਨ ਅਮਰਿੰਦਰ ਨੇ ਕੀਤਾ ਐਲਾਨ ਡਾਕਟਰ ਰਾਜਕੁਮਾਰ ਵੀਰਕਾ ਜਿਨ੍ਹਾਂ ਕੋਲੇ ਕੈਬਨਿਟ ਮੰਤਰੀ ਦਾ ਦਰਜਾ ਹੈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਤੇ ਖੁਸ਼ੀ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਕਿ 50ਵੀਂ ਸੋਧ ਲਾਗੂ ਕਰਨਾ ਮਾਮਲਾ ਪੰਜਾਬ ਦੇ ਵਿੱਚ ਵਿਚਾਰ ਅਧੀਨ ਹੈ ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਸ ਨੂੰ ਲਾਗੂ ਕਰਨ ਦਾ ਐਲਾਨ ਕਰ ਸਕਦੇ ਨੇ ਇਹਨਾਂ ਨੂੰ ਸੂਚਿਤ ਜਾਤੀ ਉਪਜਾਤੀ ਤੇ ਯੋਜਨਾ ਚ ਵੀ ਕਹਿ ਸਕਦੇ ਹਨ ਪੰਜਾਬ ਸਰਕਾਰ ਦੇ ਸਬੰਧ ਵਿੱਚ ਇੱਕ ਕਾਨੂੰਨ ਬਣਾਉਣ ਜਾ ਰਹੀ ਆ ਜਿਸ ਨਾਲ ਅਨੁਸੂਚਿਤ ਜਾਤੀਆਂ ਦੀ ਭਲਾਈ ਦੇ ਲਈ ਜਾਰੀ ਕੀਤੇ ਫੰਡ ਕਿਸੇ ਹੋਰ ਸਕੀਮ ਵਿੱਚ ਤਬਦੀਲ ਨਹੀਂ ਕੀਤੇ ਜਾਣਗੇ ਇਹ ਕਾਨੂੰਨ ਵਿਧਾਨ ਸਭਾ ਵਿੱਚ ਹੀ ਪਾਸ ਕੀਤਾ ਜਾਵੇਗਾ ਨੂਰਪੁਰ ਬੇਦੀ ਦੀ ਇੱਕ ਸੜਕ ਤੇ ਖੇਤਾਂ ਚੋਂ ਮਿਲੇ ਪਾਕਿਸਤਾਨੀ ਝੰਡੇ ਅਤੇ ਗੁਬਾਰੇ ਸੋ ਵੱਡੀ ਖਬਰ ਹੈ ਜਿੱਥੇ ਪਿੰਡ ਸੰਦੂਆ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤ ਵਿੱਚੋਂ ਤੜਕਸਰ ਪਾਕਿਸਤਾਨ ਦਾ ਝੰਡਾ ਲੱਗੇ ਗੁਬਾਰੇ ਵੇਖਣ ਨੂੰ ਮਿਲੇ ਰਕੇਸ਼ ਟਿਕਾੜ ਨੇ ਪਿੰਡ ਵਿੱਚ ਭਾਜਪਾ ਵਿਧਾਇਕ ਰਕੇਸ਼ ਕੈਡ ਦੇ ਪਿੰਡ ਵਿੱਚ ਭਾਜਪਾ ਵਿਧਾਇਕ ਤੇ ਹਮਲਾ ਬਾਲਵਾਲ ਬੱਚੇ ਭਾਰਤੀ ਕਿਸਾਨ ਯੂਨੀਅਨ ਰਕੇਸ਼ ਕੈਡ ਦੇ ਆਗੂ ਰਕੇਸ਼ ਕੈਡ ਦੇ ਪਿੰਡ ਸਿ ਸੌਲੀ ਚੂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੋਕਾਂ ਨੇ ਅੱਜ ਬੁਦਾਨਾ ਹਲਕੇ ਤੋਂ ਭਾਜਪਾ ਵਿਧਾਇਕ ਉਮੇਸ਼ ਮਲਕ ਦੀ ਕਾਰ ਤੇ ਹਮਲਾ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਕਾਰ ਤੇ ਪੱਥਰਵਾਦੀ ਕੀਤੀ ਕਾਲੀ ਸਿਆਹੀ ਮਲ ਦਿੱਤੀ ਘੜਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਇਸ ਤਰ੍ਹਾਂ ਵੀ ਇੱਕ ਹੋਰ ਵੀਡੀਓ ਵਿਧਾਇਕ ਨੂੰ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਹਮਲਾਵਰ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ ਸਿਸੌਲੀ ਬੀਕੇਯੂ ਅਗੁਰਕੇਸ਼ਟ ਕੈਡ ਦਾ ਪਿੰਡ ਹੈ ਤੇ ਯੂਨੀਅਨ ਦਾ ਮੁੱਖ ਦਫ਼ਤਰ ਵੀ ਇੱਥੇ ਹੀ ਆ ਪੁਲਿਸ ਵੱਲੋਂ ਦੱਸਿਆ ਗਿਆ ਕਿ ਵਿਧਾਇਕ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਤੇ ਪਹੁੰਚੇ ਸਨ ਉਸ ਦੌਰਾਨ ਇਹ ਕੜਨਾ ਵਾਪਰੀ ਝੰਡਾ ਲਹਿਰਾਉਣਾ ਹੈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਬੇਸ਼ੱਕ ਅੱਜ 15 ਅਗਸਤ ਮੌਕੇ ਝੰਡਾ ਲਹਿਰਾ ਕੇ ਦੇਸ਼ ਆਜ਼ਾਦੀ ਗੱਲ ਕਰ ਰਹੇ ਹਨ ਪਰੰਤੂ ਅੱਜ ਵੀ ਅਸੀਂ ਗੁਲਾਮ ਆ ਪੰਜਾਬ ਪਰਦੇ ਵਿੱਚ ਕੱਚੇ ਮੁਲਾਜ਼ਮ 8000 ਰੁਪਏ ਤਨਖਾਹ ਤੇ ਗੁਜ਼ਾਰਾ ਕਰ ਰਹੇ ਹਨ ਵਿੱਤ ਮੰਤਰੀ ਮਾਨਪ੍ਰੀਤ ਬਾਦਲ ਨੇ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਤੁਹਾਨੂੰ ਪੱਕਾ ਕਰ ਦਿੱਤਾ ਜਾਵੇਗਾ ਸਾਢੇ 4 ਸਾਲ ਬੀਤ ਚੁੱਕੇ ਨੇ ਸਾਨੂੰ ਕਿਸੇ ਨੇ ਪੱਕਾ ਨਹੀਂ ਕੀਤਾ ਜਿਸ ਤੇ ਚੱਲਦੇ ਆਏ ਦਿਨ ਪੰਜਾਬ ਪਰ ਦੇ ਵਿੱਚ ਮੰਤਰੀਆਂ ਦਾ ਵਿਰੋਧ ਹੋ ਰਿਹਾ ਸੀ ਵੀ ਮਾਨਪ੍ਰੀਤ ਬਾਦਲ ਦਾ ਵਿਰੋਧ ਕਰਨਾ ਹੈ ਪਰ ਪੁਲਿਸ ਨੇ ਬਸਾਂ ਲਾ ਕੇ ਮੁਲਾਜ਼ਮਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਉਹਨਾਂ ਨੇ ਕਿ ਅਸੀਂ ਉਦੋਂ ਤੱਕ ਵਿਰੋਧ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ एलपीजी सिलेंडर दी बुकिंग ते मिल ਰਿਹਾ 2700 ਰੁਪਏ ਦਾ ਲਾਭ ਮਹੀਨੇ ਬਾਅਦ ਕਰੋ ਭੁਗਤਾਨ एलपीजी ਦੀਆਂ ਵਾਧੀਆਂ ਕੀਮਤਾਂ ਤੇ ਤੁਹਾਡੇ ਲਈ ਖੁਸ਼ਖਬਰੀ ਹੁਣ ਤੁਸੀਂ ਬਹੁਤ ਸਸਤੇ ਦੇ ਵਿੱਚ एलपीजी सिलेंडर बुक ਕਰ ਸਕਦੇ ਹੋ ਇਹ ਪੇਸ਼ਕਸ਼ ਤੁਹਾਨੂੰ ਲਾਭ ਪ੍ਰਾਪਤ ਹੋਣਗੇ ਇਸ ਦੇ ਲਈ ਤੁਹਾਨੂੰ ਸਿਰਫ ਪੇਟੀਐਮ ਦੁਆਰਾ ਗੈਂਸ ਬੁੱਕ ਕਰਨੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਪੇਸ਼ਕਸ਼ ਦਾ ਲਾਭ ਲੈਣ ਦੇ ਲਈ ਕੀ ਕਰਨਾ ਜੇਕਰ ਤੁਸੀਂ ਪੇਟੀਐਮ ਦੇ ਵਿੱਚ ਐਲਪੀਜੀ ਸਿਲੰਡਰ ਬੁੱਕ ਕਰਦੇ ਹੋ ਤਾਂ ਤੁਹਾਨੂੰ 2700 ਰੁਪਏ ਦਾ ਸਿੱਧਾ ਲਾਭ ਮਿਲੇਗਾ ਦਰਅਸਲ ਪੇਟੀਐਮ ਨੇ ਐਲਪੀਜੀ ਸਿਲੰਡਰ ਦੀ ਬੁਕਿੰਗ ਤੇ ਕੈਸ਼ਬੈਕ ਤੇ ਕਈ ਹੋਰ ਇਨਾਮਾਂ ਦੀ ਘੋਸ਼ਣਾ ਕੀਤੀ ਹੈ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਲਗਾਇਆ ਬਿਸਤਰਾ ਸੋ ਵੱਡੀ ਖਬਰ ਹੈ 23 ਜੁਲਾਈ ਨੂੰ ਸਿੱਧੂ ਸੂਬੇ ਦੇ ਮੁੱਖ ਮੁਖੀ ਬਣੇ ਸਨ ਤੇ ਕਾਂਗਰਸ ਭਵਨ ਵਿੱਚ ਬਿਸਤਰਾ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ 15 ਅਗਸਤ ਤੋਂ ਨਾਨਕਿਆ ਮੇਰਾ ਬਿਸਤਰਾ ਹੁਣ ਕਾਂਗਰਸ ਭਵਨ ਵਿੱਚ ਹੀ ਹੋਵੇਗਾ ਬਗੈਰ ਕਿਸੇ ਬਹਿਸ ਤੋਂ ਸੰਸਦ ਵਿੱਚ ਬਿੱਲ ਪਾਸ ਕਰਨ ਤੋਂ ਚੀਫ ਜਸਟਿਸ ਫਿਕਰਮੰਦ ਸੰਸਦ ਦਾ ਮਾਨਸੂਨ ਸੈਸ਼ਨ ਰੋਲੇ ਰੱਪੇ ਦੀ ਪੇਟ ਚੜ ਗਿਆ ਵਿਰੋਧੀ ਧਿਰ ਨੇ ਖੇਤੀ ਕਾਨੂੰਨਾਂ ਅਤੇ ਪੈਗਾਸਸ ਜਸੂਸੀ ਬਾਰੇ ਚਰਚਾ ਦੇ ਕੰਮ ਕਰਦਿਆਂ ਕਰਦੀਆਂ ਰਹੀਆਂ ਪਰ ਮੋਦੀ ਸਰਕਾਰ ਟਾਸ ਤੋਂ ਮਸਣਾ ਹੋਈ ਦੋਵੇਂ ਸਦਨਾਂ ਦੀ ਕਾਰਵਾਈ ਇੱਕ ਦਿਨ ਲਈ ਵੀ ਨਾ ਚੱਲ ਸਕੀ ਉਹ ਜਿਸ ਰੋਲ ਇਰੋਪੀਏ ਦੇ ਕਾਰਨ ਸਰਕਾਰ ਨੇ ਬਿਨਗੈਰ ਕਿਸੇ ਬਹਿਸ ਤੋਂ ਕਈ ਬਿੱਲ ਪਾਸ ਵੀ ਕਰਵਾ ਲਏ ਜੋ ਹੁਣ ਕਾਨੂੰਨ ਦਾ ਰੂਪ ਲੈ ਲੈਣਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਨਵੀ ਰਮਨਮਨ ਰਮੰਨਾ ਨੇ ਚਿੰਤਾ ਪ੍ਰਗਟਾਈ ਉਹਨਾਂ ਨੇ ਸਪਸ਼ਟ ਕੀਤਾ ਕਿ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਸੰਸਦ ਵਿੱਚ ਬਹਿਸ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ ਸੁਤੰਤਰਤਾ ਦਿਵਸ ਮੌਕੇ ਸੁਪਰੀਮ ਕੋਰਟ ਨੂੰ ਤਰੰਗਾ ਲਹਿਰਾਉਣ ਤੋਂ ਬਾਅਦ ਚੀਫ ਜਸਟਿਸ ਨੇ ਸਦਨ ਬਹਿਸ ਦੀ ਗੁਣਵੱਤਾ ਤੇ ਅਫਸੋਸ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਟੁਕਵੀਂ ਬਹਿਸ ਤੋਂ ਬਿਨਾ ਪਾਸ ਕੀਤਾ ਗਿਆ ਕਿ ਹੁਣ ਸਪਸ਼ਟਤਾ ਦੀ ਘਾਟ ਰੱਖਦਾ ਹੈ ਇਸ ਸਬੰਧੀ ਮੁਕਦਮੇ ਦਰਜ ਹਨ ਰੇਲ ਯਾਤਰੀਆਂ ਦੇ ਲਈ ਖਾਸ ਖਬਰ ਮੰਤਰਾਲੇ ਨੇ ਮਾਸਿਕ ਸੀਜ਼ਨ ਟਿਕਟ ਦੀ ਸਹੂਲਤ ਨੂੰ ਸ਼ੁਰੂ ਕਰਨ ਦਾ ਲਿਆ ਫੈਸਲਾ ਰੇਲ ਮੰਤਰਾਲੇ ਨੇ ਰੇਲ ਯਾਤਰੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਸੇਵਾਵਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਮਾਸਿਕ ਸੀਜ਼ਨ ਟਿਕਟ ਦੀ ਸਹੂਲਤ ਕਰਨ ਦਾ ਫੈਸਲਾ ਕੀਤਾ ਹੈ ਸੂਤਰਾਂ ਦਾ ਕਹਿਣਾ ਇਸ ਬਾਰੇ ਰੇਲ ਮੰਡਲ ਫੈਸਲਾ ਕਰਨਗੇ ਕਿ ਫਿਲਹਾਲ ਉਹਨਾਂ ਨੂੰ ਕਿੰਨੇ ਕਿੰਨੇ ਟ੍ਰੇਨਾਂ ਲਈ ਮਹੀਨੇ ਦੀ ਟਿਕਟ ਬਣਾਉਣੀ ਪਵੇਗੀ ਇਸ ਦੌਰਾਨ ਪਤਾ ਲੱਗਾ ਕਿ ਉੱਤਰ ਪੱਛਮੀ ਰੇਲਵੇ ਦੇ ਯਾਤਰੀਆਂ ਨੂੰ ਦੇਖਦੇ ਹੋਏ 19 ਜੋੜੀ ਵਿਸ਼ੇਸ਼ ਰੇਲ ਸੇਵਾਵਾਂ ਦੇ ਸਫ਼ਰ 'ਚੋਂ ਕਰਨ ਵਾਲੇ ਯਾਤਰੀਆਂ ਨੂੰ ਸ਼ਾਮਲ ਕਰਨ ਅਤੇ ਸੀਜ਼ਨ ਟਿਕਟ ਦੀ ਸਹੂਲਤਾਂ ਸ਼ੁਰੂ ਕਰਨ ਮਾਸਕ ਸੀਜ਼ਨ ਟਿਕਟ ਦੀ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਦੂਜੇ ਪਾਸੇ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਜੋ ਟ੍ਰੇਨਾਂ ਮਾਸਕ ਟਿਕਟ ਲਈ ਨਿਰਧਾਰਤ ਕੀਤੀਆਂ ਗਈਆਂ ਹਨ ਯਾਤਰੀ ਉਹਨਾਂ ਟ੍ਰੇਨਾਂ 'ਚ ਹੀ ਯਾਤਰਾ ਕਰ ਸਕਦੇ ਨੇ ਜੇਕਰ ਉਹ ਹੋਰ ਟ੍ਰੇਨ ਦੇ ਵਿੱਚ ਸਫ਼ਰ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਿਨਾਂ ਟਿਕਟ ਮੰਨਿਆ ਜਾਵੇਗਾ ਮਜੀਠੀਆ ਨੂੰ ਥਾਣੇ ਡੱਕਾਂਗੇ ਸੁਖਬੀਰ ਦੇ ਹੋਟਲਾਂ ਤੇ ਸਕੂਲ ਖੁੱਲਣਗੇ ਸਿੱਧੂ ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਬਾਦਲ ਪਰਿਵਾਰ ਤੇ ਖੁੱਲ ਕੇ ਬਾਰੇ ਸਿੱਧੂ ਨੇ ਐਲਾਨ ਕੀਤਾ ਕਿ ਸੁਖਬੀਰ ਬਾਦਲ ਦੇ ਹੋਟਲਾਂ ਵਿੱਚ ਸਕੂਲ ਖੁੱਲਣਗੇ ਉੱਥੇ ਅਕਾਲੀ ਆਗੂ ਵਿਕਰਮ ਮਜੀਠੀਆ ਬਾਰੇ ਕਿਹਾ ਕਿ ਇਸ ਦੇ ਡਰੱਗਰ ਨੂੰ ਥਾਣੇ ਵਿੱਚ ਡੱਕਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲਿਆਂ ਨੂੰ ਛੱਡਾਂਗੇ ਨਹੀਂ ਇਸ ਨੂੰ ਥਾਣੇ ਡਾਕੇ ਫਿਰ ਪਟਾ ਫਿਰੇਗਾ ਜਾਂ ਫਿਰ ਅਮਰੀਕਾ ਭੱਜ ਜਾਵੇਗਾ ਜਾਂ ਨਹੀਂ ਤਾਂ ਸੋਚ ਲਵੇ ਉਹਨਾਂ ਨੇ ਕਿਹਾ ਕਿ ਬਾਦਲਾਂ ਨੇ ਦੋ ਬਸਾਂ ਤੋਂ 4000 ਕਰ ਲਈਆਂ ਨੇ ਵੱਡੇ ਵੱਡੇ ਹੋਟਲ ਖੋਲ੍ਹ ਦੇਣੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਮੇਰਾ ਹੱਥ ਫੈਸਲੇ ਲੈਣ ਦੀ ਤਾਕਤ ਆ ਗਈ ਇਹਨਾਂ ਹੋਟਲਾਂ ਨੂੰ ਮੈਂ ਸਕੂਲ ਬਣਾ ਦੇਵਾਂਗਾ ਪੀਐਮ ਮੋਦੀ ਨੇ ਕੀਤਾ ਵੱਡਾ ਲਾਨ 100 ਲੱਖ ਕਰੋੜ ਦੀ ਸਕੀਮ ਬਾਰੇ 75ਵਾਂ ਆਜ਼ਾਦੀ ਦਿਹਾੜੇ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਅੱਠਵੀਂ ਵਾਰ ਲਾਲ ਕਿਲੇ ਤੇ ਝੰਡਾ ਲਹਿਰਾ ਕੇ ਭਾਰਤ ਦੇ ਰਾਸ਼ਟਰੀ ਝੰਡਾ ਲਹਿਰਾਇਆ ਰਾਸ਼ਟਰਪਤੀ ਝੰਡਾ ਲਹਿਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਾ ਇੱਕ ਵੱਡਾ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲਾਲ ਕਿਲੇ ਦੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਗੱਤ ਸ਼ਕਤੀ ਯੋਜਨਾ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਤੀ ਸ਼ਕਤੀ ਯੋਜਨਾ ਬਹੁਤ ਜਲਦੀ ਸ਼ੁਰੂ ਕੀਤੀ ਜਾਵੇਗੀ ਇਸ ਯੋਜਨਾ ਨੂੰ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਯੋਜਨਾ ਬਣਾਈ ਗਈ ਆ ਇਸ ਸਕੀਮ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ ਸਕੀਮ ਦੇਸ਼ ਦਾ ਮਾਸਟਰ ਪਲਾਨ ਬਣ ਜਾਵੇਗਾ ਜੋ 인ਫਰਾਸਟਰਕਚਰ ਦੀ ਨੀਂ ਰੱਖੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਗਤੀ ਸ਼ਕਤੀ ਯੋਜਨਾ ਦਾ ਰਾਸ਼ਟਰੀ ਮਾਸਟਰ ਪਲਾਨ ਦੇਸ਼ ਦੇ ਸਾਹਮਣੇ ਪੇਸ਼ ਕਰੇਗਾ 100 ਲੱਖ ਕਰੋੜ ਤੋਂ ਵੱਧ ਦੀ ਯੋਜਨਾ 5 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਲਿਆਏਗੀ ਫਤੇਗੜ ਸਾਹਿਬ ਤੋਂ ਆ ਜੀ ਕੈਬਨਿਟ ਮੰਤਰੀ ਸੁਖਜਿੰਦਰ ਰੰਦਾਵਾ ਤੋਂ ਸ਼ਹੀਦਾਂ ਦੇ ਪਰਿਵਾਰਾਂ ਨੇ ਸਨਮਾਨ ਲੈਣ ਤੋਂ ਕੀਤਾ ਇਨਕਾਰ ਰਾਜਦੇਸਹਿਕਰਤਾ ਤੇ ਜ਼ਿਲ੍ਹੇ ਮੰਤਰੀ ਸੁਖਜਿੰਦਰ ਰੰਦਾਵਾ ਲਗਾਤਾਰ ਦੂਜੇ ਦਿਨ ਵੀ ਜ਼ਿਲ੍ਹੇ ਵਿੱਚ ਪਹੁੰਚੇ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸ਼ਨੀਵਾਰ ਨੂੰ ਕਿਸਾਨਾਂ ਦੇ ਗੁੱਸੇ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਐਤਵਾਰ ਨੂੰ ਜਾਦੀ ਦਿਹਾੜੇ ਤੇ ਸਰਹੰਦ ਮਾਦੂਪੁਰ ਸਟੇਡੀਅਮ ਵਿੱਚ ਜੋਦਿਤ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਵਿਰੋਧ ਕੀਤਾ ਇਹਨਾਂ ਪਰਿਵਾਰਾਂ ਨੇ ਮੰਤਰੀ ਤੋਂ ਸਨਮਾਨ ਲੈਣ ਦਾ ਇਨਕਾਰ ਕਰ ਦਿੱਤਾ ਜਿਸ ਕਰਕੇ ਮੰਤਰੀ ਨੂੰ ਸਮਾਰੋਹ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਲੰਡਨ ਚੋਂ ਸਿੱਖ ਇੰਜੀਨੀਅਰ ਦਾ ਵੱਡਾ ਕਾਰਨਾਮਾ ਹੁਣ ਬਿਜਲੀ ਪਾਣੀ ਤੇ ਸਮੇਂ ਦੀ ਹੋਏਗੀ ਵੱਡੀ ਬਜਟ ਇੰਗਲੈਂਡ ਦੀ ਰਾਜਸਥਾਨੀ ਲੰਡਨ ਦੇ ਵਿੱਚ ਪੈਦਾ ਹੋਏ ਪੰਜਾਬੀ ਮੂਲ ਦੇ ਇੰਜੀਨੀਅਰ ਨਵਜੋਤ ਸਿੰਘ ਸਹਾਣੀ ਨੇ ਸਸਤੀਆਂ ਮਸ਼ੀਨਾਂ ਬਣਾਈਆਂ ਹਨ ਜਿਨ੍ਹਾਂ ਤਿੰਨ ਬਾਰੇ ਪਹਿਲਾਂ ਆਪਣਾ ਇਹ ਪ੍ਰੋਜੈਕਟ ਰੰਬਿਆ ਸੀ ਇਹ ਮਸ਼ੀਨਾਂ ਬਿਜਲੀ ਦੀ ਨਾ ਮਾਤਰ ਖਪਤ ਕਰਦੀਆਂ ਹਨ ਉਹਨਾਂ ਨੇ ਆਪਣੇ ਸਾਥੀਆਂ ਦੇ ਭਾਈਵਾਲਾਂ ਨਾਲ ਮਿਲ ਕੇ ਇਹ ਪ੍ਰੋਜੈਕਟ ਨੇਪਰੇ ਚਾੜਿਆ ਉਹਨਾਂ ਨੇ ਕਿਹਾ ਜੀ ਹੁਣ ਸਸਤੀਆਂ ਵਾਸ਼ਿੰਗ ਮਸ਼ੀਨਾਂ ਭਾਰਤ ਸਮੇਤ ਹੋਰ ਦੇਸ਼ਾਂ ਦੇ ਵਿੱਚ ਭੇਜਣ ਜਾ ਰਹੇ ਹਨ ਵਿਕਾਸਸ਼ੀਲ ਦੇਸ਼ਾਂ ਵਿੱਚ ਮਸ਼ੀਨਾਂ ਦੇ ਹਰਮਨ ਪਿਆਰੇ ਹੋਣ ਦੀ ਆਸ ਹੈ ਹੁਣ ਇੰਜੀਨੀਅਰ ਸਹਾਣੀ ਨੇ ਕਰਾਉਡ ਫੰਡਿੰਗ ਦੀ ਅਪੀਲ ਕਰਦਿਆਂ 10000 ਪਾਉਂਡ ਇਕੱਠੇ ਕਰਨ ਦਾ ਸੰਕਲਪ ਕੀਤਾ ਹੈ ਟਿਕਰੀ ਬਾਰਡਰ ਦੇ ਦਿੱਲੀ ਕਿਸਾਨ ਮੋਰਚੇ 'ਚੋਂ ਬਿਮਾਰ ਹੋਏ ਕਿਸਾਨ ਨਿਰਮਲ ਸਿੰਘ ਹਮੀਦੀ ਦੀ ਮੌਤ ਆਗਮਾਂ ਦੇ ਵੱਲੋਂ ਮਾਫੀ ਦੀ ਮੰਗ ਜਲੰਧਰ ਦੀ ਇੱਕ ਹੋਰ ਧੀ ਮੋਬਾਈਲ ਖੋਕੇ ਪੱਜਰੇ ਸਿੰਘ ਦੇ ਇਚਰ ਤੇ ਪਈ ਭਾਰੀ ਜ਼ਖਮੀ ਹੋਣ ਤੇ ਵੀ ਨਹੀਂ ਛੱਡਿਆ ਮahanagar ਦੇ ਥਾਣਾ ਡਿਵੀਜ਼ਨ 5 ਦੀ ਬਸਤੀ ਦਾਨਸ਼ਮੰਦਾ ਵਿੱਚ ਬਹਾਦਰ ਧੀ ਅੰਦਲੀ ਦੇ ਸਾਹਮਣੇ ਸਨੇਚਰ ਦੀ ਇੱਕ ਨਾ ਚੱਲੀ ਉਸ ਦਾ ਮੋਬਾਈਲ ਖੋਕੇ ਭੱਜਣ ਤੋਂ ਬਾਅਦ ਉਸ ਨਾਲ ਭੜ ਗਈ ਤੇ ਸਕੂਟੀ ਸਵਾਰ ਸਨੇਚਰ ਨੂੰ ਘੜੀਸਦਾ ਹੋਇਆ ਲੈ ਗਿਆ ਪਰ ਉਸਨੇ ਛੱਡਿਆ ਨਹੀਂ ਬਾਅਦ ਵਿੱਚ ਲੋਕਾਂ ਨੇ ਉਸਨੂੰ ਫੜ ਲਿਆ ਤੇ ਬੁਰੀ ਤਰ੍ਹਾਂ ਕੱਟਣ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਦੌਰਾਨ ਉਹ ਮੋਬਾਈਲ ਤੇ ਗੱਲ ਕਰ ਰਹੀ ਸੀ ਪਿੱਛੇ ਤੋਂ ਆਰੀ ਸਕੂਟੀ ਤੇ ਇੱਕ ਲੁੱਟੇ ਨੇ ਉਸਦਾ ਮੋਬਾਈਲ ਖੋਲਿਆ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਸਨੇ ਹੌਸਲਾ ਦਿਖਾਉਂਦੇ ਹੋਏ ਉਸਨੂੰ ਫੜ ਲਿਆ ਸਕੂਟੀ ਸਵਾਰ ਸਨੇਚਰ ਉਸਨੂੰ ਬਹੁਤ ਦੂਰ ਤੱਕ ਖਿੱਚ ਕੇ ਲੈ ਗਿਆ ਜਦੋਂ ਅੰਜਲੀ ਨੇ ਰੋਲਾ ਪਾਇਆ ਤਾਂ ਸਥਾਨਕ ਲੋਕਾਂ ਨੇ ਸਨੇਚਰ ਨੂੰ ਫੜ ਕੇ ਕਾਬੂ ਕਰ ਲਿਆ ਤੇ ਉਸਨੂੰ ਖੂਬ ਕੁੱਟਿਆ ਫਿਰ ਅੰਦਰ ਕਰਤਾ ਕਰੋਨਾ ਕਾਲ ਵਿੱਚ 8 ਮਹੀਨੇ ਤੱਕ ਰੋਜ਼ਾਨਾ 20000 ਲੋਕਾਂ ਨੂੰ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਕਾਇਆ ਲੰਗਰ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਚੰਡੀਗੜ੍ਹ ਦੇ ਗੁਰਦੁਆਰਾ ਤੋਂ ਖਬਰ ਆ ਰਹੀ ਹੈ ਜੀ ਜੇਡੀ ਮਰਜ਼ੀ ਆਫਤ ਹੋਵੇ ਪਰ ਦੇਸ਼ ਦੇ ਵਿੱਚ ਕਿਸੇ ਨੂੰ ਭੁੱਖਾ ਨਾ ਰਹਿਣ ਦਿਓ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿਧਾਂਤ ਦੀ ਵਰਜਨ ਨੂੰ कोरोना महामारी ਦੇ ਦੌਰਾਨ ਸੱਚ ਕਰਕੇ ਦਿਖਾਇਆ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਮਾਰੀ ਦੀ ਸ਼ੁਰੂਆਤੀ ਲੋਕਡਾਊਨ ਅਤੇ ਕਰਫਿਊ ਦੇ ਵਿੱਚ ਸਭ ਤੋਂ ਵੱਡੀ ਪਰੇਸ਼ਾਨੀ ਰੋਟੀ ਦੀ ਸੀ ਚੰਡੀਗੜ੍ਹ ਚ ਹਜ਼ਾਰਾਂ ਲੋਕ ਅਜੇ ਹੀ ਰਹਿੰਦੇ ਸਨ ਜਿਨ੍ਹਾਂ ਨੇ ਰੋਜ਼ ਕਮਾ ਕੇ ਪਰਿਵਾਰਾਂ ਦਾ ਪੇਟ ਭਰਦੇ ਸੀ ਉਹਨਾਂ ਲੋਕਾਂ ਲਈ ਰੋਜੀ ਰੋਟੀ ਸਭ ਤੋਂ ਵੱਡੀ ਮੁਸ਼ਕਲ ਸੀ ਚੰਡੀਗੜ੍ਹ ਪ੍ਰਸ਼ਾਸਨ ਅਗੇ ਹੁਣ ਪ੍ਰਸ਼ਾਸਨ ਨੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਨਾਲ ਗੱਲਬਾਤ ਕਰਕੇ ਲੋਕਾਂ ਦਾ ਪੇਟ ਭਰਨ ਦੇ ਲਈ 8 ਮਹੀਨੇ ਰੋਜ਼ਾਨਾ 20000 ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਲੁਧਿਆਣਾ ਵਿੱਚ ਬਾਲ ਮਜ਼ਦੂਰਾਂ ਦਾ ਸਹੀ ਅਰਥਾਂ ਚ ਰਿਹਾ ਜਾਦੀ ਦਿਹਾੜਾ ਟਾਸਕ ਫੋਰਸ ਨੇ ਨੌ ਨੂੰ ਕਰਵਾਇਆ ਰਿਹਾਸ ਉਹ ਵੱਡੀ ਖਬਰ ਆ ਆਫਗਾਨਿਸਤਾਨ ਚ ਤਾਲਿਬਾਨ ਦਾ ਕਬਜ਼ਾ ਰਾਸ਼ਟਰਪਤੀ ਅਸ਼ਰਫ ਗਾਨੀ ਨੇ ਦਿੱਤਾ ਅਸਤੀਫਾ ਅਮਰੀਕੀ ਫੌਜਾਂ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਇੱਕ ਵਾਰ ਫਿਰ ਆਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਤੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਨੇ ਰਾਜਸਤਾਨੀ ਕਾਬੁਲ ਤਾਲਿਬਾਨ ਦੇ ਤਿੱਖੇ ਹਮਲਿਆਂ ਕਾਰਨ ਟਿਕ ਨਹੀਂ ਸਕੀ ਤਣਾਪੂਰਨ ਸਥਿਤੀਆਂ ਵਿੱਚਕਾਰ ਖਬਰ ਆ ਰਹੀ ਹੈ ਕਿ ਅਫਗਾਨੀ ਰਾਸ਼ਟਰਪਤੀ ਅਸ਼ਰਫ ਗਣੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਇਸ ਦਾ ਅਧਿਕਾਰ ਤਲਾਨ ਛੇਤੀ ਹੋ ਜਾਵੇਗਾ ਅਫਗਾਨ ਮੀਡੀਆ ਅਨੁਸਾਰ ਅਸ਼ਰਫ ਗਣੀ ਦੀ ਜਗ੍ਹਾ ਆਲੀ ਅਹਿਮਦ ਜਲਾਲੀ ਨੂੰ ਅੰਤਰਮ ਸਰਕਾਰ ਦਾ ਨਵਾਂ ਮੁਖੀ ਲਾਇਆ ਗਿਆ ਹੈ ਜਲਾਲੀ ਜਰਮਨੀ ਦੇ ਵਿੱਚ ਪਾਕਿਸਤਾਨ ਦੇ ਰਾਜਦੂਤ ਰਹਿ ਚੁੱਕੇ ਨੇ ਪਹਿਲਾ ਖਬਰ ਸੀ ਕਿ ਤਾਲਿਬਾਨ ਰਾਸਤਾਨੀ ਕਾਬੁਲ ਦੇ ਦਰਵਾਜ਼ੇ ਤੇ ਪਹੁੰਚ ਚੁੱਕੇ ਨੇ ਦੇਸ਼ ਦੇ ਕਾਰਜਕਾਰੀ ਗ੍ਰਹਿ ਮੰਤਰੀ ਦੇ ਬਿਆਨ ਦੇ ਚੁੱਕੇ ਨੇ ਕਾਬਲ ਨੂੰ ਸ਼ਾਂਤੀਪੂਰਨ ਢੰਗ ਨਾਲ ਸੱਤਾ ਸੌਂਪੀ ਜਾਵੇਗੀ ਤਾਲਿਬਾਨ ਨੂੰ ਸੋ ਇਹ ਸੱਤਾ ਸੌਂਪ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਸਰਕਾਰ ਡਿੱਗਣ ਦੀਆਂ ਕਿਆਸਰਾਈਆਂ ਹਨ ਧੰਨਵਾਦ